ਟ੍ਰੇਨਾਂ ਅਚਾਨਕ ਬੰਦ ਹੋਣ ਕਾਰਨ ਜੋ ਰੋਜੀ ਰੋਟੀ 100-200 ਰੁਪਿਆ ਦਿੱਲੀ ਅਸੀਂ ਕੁਮਾਰੇ ਸੀ ਉਹ ਵੀ ਸਾਡਾ ਬੰਦ ਹੋ ਗਿਆ ਤੇ 21 ਦਿਨਾਂ ਦੇ ਵਿੱਚ ਅਸੀਂ ਸੋਚਿਆ ਕਿ ਜੋ ਕਿਸੇ ਤੋਂ ਉਧਾਰਾ ਲੈ ਕੇ ਕਰਿਆਨੇ ਵਾਲੇ ਤੋਂ ਕਰਿਆਨਾ ਉਧਾਰ ਲੈ ਕੇ ਦੁੱਧ ਵਾਲੇ ਤੋਂ ਦੁੱਧ ਉਧਾਰ ਲੈ ਕੇ ਕੰਮ ਚਲਾਵਾਂਗੇ ਲੇਕਿਨ ਮੁਸ਼ਕਲਤਾਦੋ ਪੈਦਾ ਹੋਈ ਜਦੋਂ 21 ਦਿਨ ਦਾ ਇਹ ਨੂੰ ਹੋਰ ਐਕਸਟੈਂਡ ਕਰ ਦਿੱਤਾ ਆਪਣੇ ਸਕੂਲ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਦੇ ਸੀ ਉਹਨਾਂ ਨੂੰ ਇਹਨਾਂ ਨੇ ਸਰਕਾਰੀ 'ਚ ਟ੍ਰਾਂਸਫਰ ਕਰਵਾ ਲਿਆ ਕਿਉਂਕਿ ਫੀਸਾਂ ਦੇਣੀਆਂ ਬਹੁਤ ਔਖੀਆਂ ਹੋ ਗਈਆਂ ਸਕੂਲ ਵੱਲੋਂ ਪ੍ਰੈਸ਼ਰ ਹੈ ਔਰ ਅੱਜ ਇਹ ਸਟੇਸ਼ਨ ਜਿਹੜਾ 200 ਕੁਲੀਆਂ ਦਾ ਭਾਰ ਪਹਿਲਾਂ 2008 ਤੋਂ ਪਹਿਲਾਂ ਚੱਕਦਾ ਸੀ ਉਹਨਾਂ ਨੂੰ ਰੋਜ਼ੀ-ਰੋਟੀ ਦਿੰਦਾ ਸੀ ਅੱਜ 20 ਕੁਲੀਆਂ ਦਾ ਵੀ ਢਿੱਡ ਨਹੀਂ ਭਰ ਰਿਹਾ ਕੋਰੋਨਾ ਕਾਲ ਦੇ ਦੌਰਾਨ ਹਰ ਵਿਅਕਤੀ ਦੇ ਉੱਪਰ ਇਸ ਜਿਹੜਾ ਵਾਇਰਸ ਹੈ ਇਸ ਨੇ ਪ੍ਰਭਾਵ ਪਾਇਆ ਹੈਗਾ ਆ 23 ਮਾਰਚ ਨੂੰ ਕਿਸੇ ਨੇ ਵੀ ਇਹ ਚੀਜ਼ ਸੋਚੀ ਨਹੀਂ ਸੀ ਕਿ ਇੱਕਦਮ ਹੀ ਸਾਰਾ ਕੰਮ ਸਾਰਾ ਕਾਰੋਬਾਰ ਸਾਰਾ ਜਨਜੀਵਨ ਪ੍ਰਭਾਵਿਤ ਹੋ ਜਾਏਗਾ ਸਭ ਕੁਝ ਠੱਪ ਹੋ ਜਾਏਗਾ ਔਰ ਨਾ ਹੀ ਕਿਸੇ ਨੇ ਇਸ ਦੇ ਲਈ ਤਿਆਰੀ ਕੀਤੀ ਸੀ ਹਾਲਾਂਕਿ ਇਸ ਤੋਂ ਪਹਿਲਾਂ ਚੀਨ ਦੇ ਵਿੱਚ ਜਦੋਂ ਇਹ ਵਾਇਰਸ ਦੀ ਸ਼ੁਰੂਆਤ ਹੋਈ ਆ ਤਾਂ ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਭਾਰਤ ਦੇ ਵਿੱਚ ਇਹ ਇੰਨਾ ਜ਼ਿਆਦਾ ਇਫੈਕਟ ਨਹੀਂ ਕਰ ਸਕਦਾ ਹੈਗਾ ਭਾਰਤ ਦੇ ਵਿੱਚ ਇਸ ਵਾਇਰਸ ਜਿਹੜਾ ਹੈ ਨਹੀਂ ਪਹੁੰਚੇਗਾ ਪਰ ਜਦੋਂ 23 ਮਾਰਚ ਨੂੰ ਲਾਕਡਾਊਨ ਕਰਫਿਊ ਲੱਗਿਆ ਉਸ ਤੋਂ ਬਾਅਦ ਸਭ ਕੁਝ ਜਿਹੜੀ ਆ ਜਨਜੀਵਨ ਅਸਤਵਸਤ ਹੋ ਗਿਆ ਇਸ ਦੇ ਦੌਰਾਨ ਹਰ ਤਰੀਕੇ ਦੀ ਵਹੀਕਲ ਕਾਰਾਂ ਬੱਸਾਂ ਖਾਸ ਕਰ ਟ੍ਰੇਨਾਂ ਜਿਹੜੀਆਂ ਉਹ ਬੰਦ ਹੋ ਗਈਆਂ ਔਰ ਕੁਝ ਇਸ ਸਮੇਂ ਦੇ ਵਿੱਚ ਕੁਝ ਅਜਿਹੇ ਲੋਕ ਸਨ ਜਿਨ੍ਹਾਂ ਦਾ ਪੂਰੇ ਦਾ ਪੂਰਾ ਕੰਮ ਜਿਹੜਾ ਆ ਉਹ ਇਹਨਾਂ ਕਮਰ ਦੇ ਪ੍ਰਭਾਵਿਤ ਸੀਗਾ ਇਹਨਾਂ ਕਮਰ ਦੇ ਨਾਲ ਜੁੜਿਆ ਹੋਇਆ ਸੀ ਖਾਸ ਕਰਕੇ ਜੇਕਰ ਟ੍ਰੇਨ ਦੀ ਗੱਲ ਕਰੀਏ ਇਸ ਸਮੇਂ ਅਸੀਂ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੇ ਮੌਜੂਦ ਹੈਗੇ ਹਾਂ ਔਰ ਸਾਡੇ ਨਾਲ ਕੁਝ ਕੁਲੀ ਭਰਾ ਜਿਹੜੇ ਨੇ ਸਾਡੇ ਨਾਲ ਉਹ ਮੌਜੂਦ ਹੈਗੇ ਨੇ ਜਿਨ੍ਹਾਂ ਦਾ ਕੰਮ ਕੀ ਰੇਲਵੇ ਦੇ ਨਾਲ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਰੇਲ ਗੱਡੀਆਂ ਬੰਦ ਹੋਣਾ ਉਹਨਾਂ ਕੋਲੋਂ ਜਾਣਦੇ ਹਾਂ ਕਿ ਪਿਛਲੇ 4 ਮਹੀਨੇ ਦੇ ਵਿੱਚ ਕਿਵੇਂ ਕਿਸ ਤਰੀਕੇ ਨਾਲ ਉਹਨਾਂ ਨੇ ਸਰਵਾਈਵ ਕੀਤਾ ਔਰ ਉਹਨਾਂ ਦਾ ਸਮਾਂ ਜਿਹੜਾ ਆ ਉਹ ਕਿਹੋ ਜਿਹਾ ਸੀਗਾ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਸਰਵਨ ਸਿੰਘ ਸਰਵਨ ਜੀ ਤੁਹਾਡੇ ਕੋਲ ਜਾਨਣਾ ਜਾਵਾਂਗਾ 23 ਮਾਰਚ ਨੂੰ ਜਦੋਂ ਲੋਕਡਾਊਨ ਲੱਗਿਆ ਕਿਸੇ ਨੂੰ ਉਮੀਦ ਵੀ ਨਹੀਂ ਸੀ ਕਿ ਲੋਕਡਾਊਨ ਲੱਗੇਗਾ ਜਾਂ ਟ੍ਰੇਨਾਂ ਬੰਦ ਹੋਣਗੀਆਂ ਕਿਸੇ ਨੇ ਇਹ ਜੀ ਉਮੀਦ ਨਹੀਂ ਸੀ ਕਿਵੇਂ ਲੱਗਿਆ ਉਹ ਤੁਹਾਨੂੰ ਪਤਾ ਚੱਲਿਆ ਕਿ ਹੁਣ ਟ੍ਰੇਨਾਂ ਬੰਦ ਹੋ ਜਾਣੀਆਂ ਆ ਔਰ ਜੋ ਖਰਚਾ ਪਣੀ ਜੋ ਰੋਟੀ ਅਸੀਂ ਕਮਾਉਣੀ ਹੈਗੇ ਸਭ ਕੁਝ ਬੰਦ ਹੋ ਜਾਣਾ ਕਿਵੇਂ ਲੱਗਿਆ ਸਰ ਜੀ ਆਧੁਨਿਕਤਾ ਦੇ ਕਾਰਨ ਬਹੁਤ ਸਾਰੇ ਕੋਲੀ ਪਹਿਲਾਂ ਹੀ ਪਰੇਸ਼ਾਨ ਹੈ ਉਸ ਤੋਂ ਬਾਅਦ ਇਹ ਕਰੋਨਾ ਮਹਾਮਾਰੀ ਆਈ ਹੈ ਤੇ ਰੇਨਾ ਅਚਾਨਕ ਬੰਦ ਹੋਣ ਕਾਰਨ ਜੋ ਰੋਜੀ ਰੋਟੀ 100 200 ਰੁਪਿਆ ਡੇਲੀ ਅਸੀਂ ਕੁਮਾਰੇ ਸੀ ਉਹ ਵੀ ਸਾਡਾ ਬੰਦ ਹੋ ਗਿਆ ਤੇ ਇਸ ਦੇ ਨਾਲ ਸਾਡੇ ਘਰ ਬੱਚਿਆਂ ਦਾ ਗੁਜ਼ਾਰਾ ਆਪਣਾ ਖਾਣ ਪੀਣ ਸਭ ਕੁਝ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਰ 4 ਮਹੀਨੇ ਫਿਰ ਨਿਕਲ ਗਏ ਚਲੋ ਉਦੋਂ ਲੱਗਦਾ ਸੀ ਕਿ 23 ਮਾਰਚ ਨੂੰ ਲਾਕਡਾਊਨ ਲੱਗਿਆ ਚਲੋ ਹਫਤੇ ਬਾਅਦ ਜਾਂ 10 ਦਿਨ ਬਾਅਦ ਜਾਂ 1 ਮਹੀਨੇ ਬਾਅਦ ਖੁੱਲ ਜਾਏਗਾ ਕੋਈ ਗੱਲ ਨਹੀਂ ਥੋੜੇ ਦਿਨ ਮੁਸ਼ਕਿਲ ਦੇ ਹੈਗੇ ਕੱਢ ਲਵਾਂਗੇ ਪਰ ਅੱਗੇ ਤੋਂ ਅੱਗੇ ਵਾਦਾ ਗਿਆ 4 ਮਹੀਨੇ ਦਾ ਸੰਭਾਲ ਲੰਘ ਗਿਆ ਕਿਵੇਂ ਰਏ 4 ਮਹੀਨੇ ਸਭ ਤੋਂ ਪਹਿਲਾਂ ਭਾਰਤ ਸਰਕਾਰ ਨੇ ਜਦੋਂ ਅਨਾਉਂਸਮੈਂਟ ਕੀਤੀ ਕਿ 21 ਦਿਨਾਂ ਵਾਸਤੇ ਟ੍ਰੇਨਾਂ ਜਿਹੜੀਆਂ ਰੋਕੀਆਂ ਗਈਆਂ ਤੇ 21 ਦਿਨਾਂ ਦੇ ਵਿੱਚ ਅਸੀਂ ਸੋਚਿਆ ਕਿ ਜੋ ਕਿਸੇ ਤੋਂ ਉਧਾਰਾ ਲੈ ਕੇ ਕਰਿਆਨੇ ਵਾਲੇ ਤੋਂ ਕਰਿਆਨਾ ਉਧਾਰ ਲੈ ਕੇ ਦੁੱਧ ਵਾਲੇ ਤੋਂ ਦੁੱਧ ਉਧਾਰ ਲੈ ਕੇ ਕੰਮ ਚਲਾਵਾਂਗੇ ਲੇਕਿਨ ਮੁਸ਼ਕਲਤਾਵਾਂ ਦੋ ਪੈਦਾ ਹੋਈ ਜਦੋਂ 21 ਦਿਨ ਦਾ ਇਹਨੂੰ ਹੋਰ ਐਕਸਟੈਂਡ ਕਰ ਦਿੱਤਾ ਗਿਆ ਤੇ ਲਗਾਤਾਰ ਹੀ ਲਗਾਤਾਰ 3 3.5 4 ਮਹੀਨੇ ਜਿਹੜਾ ਇਹ ਲਾਕਡਾਊਨ ਚੱਲਿਆ ਤੇ ਇਸ ਲਾਕਡਾਊਨ ਦੇ ਦੌਰਾਨ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਈਆਂ ਸਾਡੇ ਕੁਲੀਆਂ ਨੇ ਇਸ ਸਟੇਸ਼ਨ ਤੋਂ ਜਿਹੜੇ ਰੋਜ਼ੀ-ਰੋਟੀ ਕਮਾਉਂਦੇ ਸੀ ਆਪਣੇ ਸਕੂਲ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਦੇ ਸੀ ਉਹਨਾਂ ਨੂੰ ਇਹਨਾਂ ਨੇ ਸਰਕਾਰੀ 'ਚ ਟ੍ਰਾਂਸਫਰ ਕਰਵਾ ਲਿਆ ਕਿਉਂਕਿ ਫੀਸਾਂ ਦੇਣੀਆਂ ਬਹੁਤ ਔਖੀਆਂ ਹੋ ਗਈਆਂ ਸਕੂਲ ਵੱਲੋਂ ਪ੍ਰੈਸ਼ਰ ਹੈ ਕਿ ਫੀਸਾਂ ਜਮ੍ਹਾਂ ਕਰਾਓ ਕਰਿਆਨੇ ਵਾਲਾ ਕਰਿਆਨੇ ਦੇ ਪੈਸੇ ਮੰਗਦਾ ਦੁੱਧ ਵਾਲਾ ਦੁੱਧ ਦੇ ਪੈਸੇ ਮੰਗਦਾ ਲੇਕਿਨ ਸਾਡਾ ਇਨਕਮ ਦਾ ਸਾਧਨ ਸਟੇਸ਼ਨ ਤੇ ਟ੍ਰੇਨ ਹੀ ਸੀ ਤਾਂ ਟ੍ਰੇਨਾਂ ਬੰਦ ਹੋਣ ਕਾਰਨ ਕਿਤੇ ਵਿਆਜੂ ਚੁੱਕ ਕੇ ਆਹੀ ਆਪਣਾ ਟਾਈਮ ਪਾਸ ਕੀਤਾ ਇਨੇ ਲੋਕਡਾਊਨ ਦੇ ਦੌਰਾਨ ਕੀ ਜਦੋਂ ਸਾਰਾ ਕੰਮ ਕਾਰੋਬਾਰ ਠੱਪ ਹੋ ਗਿਆ ਹਰ ਇੱਕ ਚੀਜ਼ ਬੰਦ ਹੋ ਗਈ ਤਾਂ ਕੀ ਰੇਲਵੇ ਵਿਭਾਗ ਵੱਲੋਂ ਕੋਈ ਸਹਾਇਤਾ ਜਾਂ ਸਰਕਾਰੀ ਸਹਾਇਤਾ ਕੋਈ ਮਿਲੀ ਜਿਸ ਦੇ ਨਾਲ ਕੀ ਘਰ ਦਾ ਗੁਜ਼ਾਰਾ ਜਿਹੜਾ ਵਧੀਆ ਢੰਗ ਨਾਲ ਚੱਲ ਸਕਦਾ ਅਸੀਂ ਟੋਟਲ ਇੰਡੀਆ ਦੇ ਵਿੱਚ 20000 ਕੁੱਲੀ ਆਲ ਇੰਡੀਆ ਰੇਲਵੇ ਲਾਲ ਵਰਦੀ ਕੁੱਲੀ ਯੂਨੀਅਨ ਦਾ ਹੈੱਡ ਆਫਿਸ ਜਲੰਧਰ ਦੇ ਵਿੱਚ ਹੈ ਔਰ ਰਾਸ਼ਟਰੀ ਅਧਿਐਕਸ਼ਾ ਹਮਾਰੇ ਕਸ਼ਵੀਰੀ ਲਾਲ ਹੈ ਅਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਰੇਲਵੇ ਮਿਨਿਸਟਰ ਰੇਲਵੇ ਬੋਰਡ ਚੇਅਰਮੈਨ ਔਰ ਜਿੰਨੀਆਂ ਵੀ ਸਟੇਟ ਇੰਡੀਆ ਦੇ ਵਿੱਚ ਹੈਗੀਆਂ ਉਹਨਾਂ ਦੇ ਸੀਐਮ ਪੰਜਾਬ ਦੇ ਸੀਐਮ ਜਲੰਧਰ ਦੇ ਡੀਸੀ ਸਭਨਾਂ ਨੂੰ ਰਜਿਸਟਰਡ ਡਾਕ ਦੁਆਰਾ ਸੂਚਿਤ ਕੀਤਾ ਕਿ ਕੁਲੀਆਂ ਦਾ ਇੱਕੋ ਇੱਕ ਜੋ ਰੋਜੀ ਰੋਟੀ ਦਾ ਸਾਧਨ ਸੀ ਉਹ ਟ੍ਰੇਨ ਹੈ ਉਹ ਬੰਦ ਹੋ ਗਈ ਹੈ ਇਸ ਕਰਕੇ ਕੁਲੀਆਂ ਦੀ ਆਰਥਿਕ ਮਦਦ ਕੀਤੀ ਜਾਵੇ 20000 ਕੁਲੀਆਂ ਨੂੰ ਆਰਥਿਕ ਪੈਕੇਜ ਦਿੱਤਾ ਜਾਵੇ ਜਿਸ ਤਰ੍ਹਾਂ ਹਰੇਕ ਵਰਗ ਨੂੰ ਦਿੱਤਾ ਗਿਆ ਲੇਕਿਨ ਸਰਕਾਰ ਨੇ ਸਾਡੀ ਇੱਕ ਵੀ ਨਹੀਂ ਸੁਣੀ ਅੱਜ ਦਿਨ ਤੱਕ ਸਾਨੂੰ ਸਰਕਾਰ ਵੱਲੋਂ 1 ਰੁਪਏ ਦੀ ਵੀ ਆਰਥਿਕ ਮਦਦ ਨਹੀਂ ਦਿੱਤੀ ਗਈ ਕੀ ਤੁਹਾਨੂੰ ਨਹੀਂ ਲੱਗਦਾਗਾ ਕਿ ਜਦਨੇ ਸਰਕਾਰ ਵਾਅਦਾ ਕਰਦੀ ਹੈਗੀ ਆ ਕਿ ਹਾਂ ਹਰ ਵਰਗ ਦਾ ਸੋਚਿਆ ਜਾ ਰਿਹਾ ਇਸ ਦੌਰਾਨ ਲੋਕਡਾਊਨ ਦੇ ਅਕਸਰ ਸਰਕਾਰ ਦੇ ਬਿਆਨ ਸਾਹਮਣੇ ਆਉਂਦੇ ਆ ਕਿ ਸਰਕਾਰ ਬੋਲ ਹਰ ਵਰਗ ਦਾ ਸੋਚਿਆ ਗਿਆ ਹਰ ਵਰਗ ਨੂੰ ਪਰਚੁਕਣ ਦੀ ਕੋਸ਼ਿਸ਼ ਕੀਤੀ ਗਈ ਕਿ ਕੋਈ ਵੀ ਆਦਮੀ ਜਿਹੜਾ ਹੈ ਆ ਭੁੱਖਾ ਨਾ ਸੋਵੇ ਔਰ ਉਹਨਾਂ ਲਈ ਕੰਮ ਕੀਤਾ ਗਿਆ ਤੁਹਾਨੂੰ ਲੱਗਦਾ ਕਿ ਇਸ ਪੱਧਰ ਤੇ ਜਦੋਂ ਤੋਂ ਗੱਲ ਸਾਹਮਣੇ ਆਉਂਦੀ ਕਿ ਸਰਕਾਰ ਦੀ ਨਾਕਾਮੀ ਸਾਬਤ ਹੁੰਦੀ ਹੈ ਸਰਕਾਰ ਦੀ ਨਾਕਾਮੀ ਕੀ ਅਸੀਂ ਸੁਪਰੀਮ ਕੋਰਟ ਹਾਈ ਸੌਰੀ ਹਾਈ ਕੋਰਟ ਛਤੀਸਗੜ ਬिलासपुर ਦੇ ਵਿੱਚ ਕੇਸ ਲਾਇਆ ਸੀ ਕਿ ਸਾਨੂੰ ਆਰਥਿਕ ਮਦਦ ਦਿੱਤੀ ਜਾਵੇ ਅਸੀਂ ਵੀ ਤੁਹਾਡੇ ਵਰਕਰ ਐ ਅਸੀਂ ਵੀ ਰੇਲ ਨੂੰ ਕਮਾ ਕੇ ਦਿੰਦੇ ਆ ਜੋੜਦੇ ਆ ਲਿੰਕ ਐ ਇੱਕ ਤੇ ਉਥੋਂ ਦੀ ਹਾਈ ਕੋਰਟ ਨੇ ਵੀ ਸਾਡਾ ਕੇਸ ਜਿਹੜਾ ਖਾਰਜ ਕਰ ਦਿੱਤਾ ਕਿ ਤੁਸੀਂ ਸਾਡੇ ਮੁਲਾਜ਼ਮ ਹੀ ਨਹੀਂ ਐ ਸਰਕਾਰਾਂ ਦੀ ਇੱਥੋਂ ਤੱਕ ਹਾਲਾਤ ਐ ਕਿ ਜੇ ਅਸੀਂ ਜਿਹਨੂੰ ਅਦਾਲਤ ਕਹਿੰਦੇ ਐ ਜਿਹਨੂੰ ਨਿਆਂ ਦਾ ਮੰਦਰ ਕਹਿੰਦੇ ਉਹਦੇ ਵਿੱਚ ਵੀ ਅਸੀਂ ਆਪਣੇ 20000 ਕੁੱਲੀਆਂ ਨੇ ਰਿਕਵੈਸਟ ਕੀਤੀ ਉੱਥੇ ਵੀ ਸਾਡਾ ਕੇਸ ਜਿਹੜਾ ਉਹ ਖਾਰਜ ਹੋ ਗਿਆ ਕੋਈ ਸਰਕਾਰ ਤੋਂ ਕੋਈ ਉਮੀਦ ਨਹੀਂ ਐ ਪੁਰਾਣ ਵਾਲੇ ਸਮੇਂ 'ਚ ਵੀ ਮੈਨੂੰ ਲੱਗਦਾ ਜਿੱਦਾਂ ਆਪਣੇ 4 ਮਹੀਨੇ ਨਿਕਲ ਗਏ ਆ ਮੈਨੂੰ ਨਹੀਂ ਲੱਗਦਾ ਕੋਈ ਸਰਕਾਰ ਸਾਨੂੰ ਪੈਕੇਜ ਦੇਗੀ ਹੁਣ ਜਦੋਂ ਤੁਸੀਂ ਪਹਿਲਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਆਧੁਨਿਕਤਾ ਦੀ ਤੁਸੀਂ ਗੱਲ ਕੀਤੀ ਮਸ਼ੀਨੀਕਰਨ ਦੀ ਤੁਸੀਂ ਗੱਲ ਕੀਤੀ ਹੈਗੀ ਉਹਨੂੰ ਲੈ ਕਰਕੇ ਜੇਕਰ ਅੱਜ ਤੋਂ ਮੈਂ 15 20 ਸਾਲ ਪਿੱਛੇ ਜਾਵਾਂ ਤੇ ਹੁਣ ਦੇ ਟਾਈਮ ਦੇ ਵਿੱਚ ਜਾਵਾਂ ਤਾਂ ਕੀ ਤਸਵੀਰ ਵਿੱਚ ਬਦਲਾਅ ਦੇਖਦੇ ਹੋ ਕਿੰਨਾ ਕੁ ਜ਼ਿਆਦਾ ਕੰਮ ਨੂੰ ਪ੍ਰਭਾਵਿਤ ਕਰ ਚੁੱਕੀ ਹੈ ਇਹ ਸ਼ੁਰੂ ਕਰ ਇਹ ਦੇ ਵਿੱਚ ਸਾਰਾ ਪ੍ਰੈਕਟੀਕਲ ਹੈ ਇਸੇ ਸਟੇਸ਼ਨ ਤੇ ਜਿੱਥੇ ਅਸੀਂ ਖੜੇ ਆ ਇੱਥੇ ਲਗਭਗ 200 ਕੁਲੀ ਕੰਮ ਕਰਦਾ ਸੀ ਅੱਜ 2008 ਤੋਂ ਪਹਿਲਾਂ 2009 ਤੋਂ ਬਾਅਦ ਜੋ ਆਧੁਨਿਕੀਕਰਨ ਹੋਇਆ ਇੱਥੇ ਅਸੀਂ 20 ਕੁਲੀ 22 ਕੁਲੀ ਰਹਿ ਗਏ ਆ ਸਾਰੇ ਔਰ ਅੱਜ ਇਹ ਸਟੇਸ਼ਨ ਜਿਹੜਾ 200 ਕੁਲੀਆਂ ਦਾ ਭਾਰ ਪਹਿਲਾਂ 2008 ਤੋਂ ਪਹਿਲਾਂ ਚੱਕਦਾ ਸੀ ਉਹਨਾਂ ਨੂੰ ਰੋਜੀ ਰੋਟੀ ਦਿੰਦਾ ਸੀ ਅੱਜ 20 ਕੁਲੀਆਂ ਦਾ ਵੀ ਢਿੱਡ ਨਹੀਂ ਭਰ ਰਿਹਾ ਇਹ ਸਾਰਾ ਆਧੁਨਿਕਤਾ ਕਾਰਨ ਹੋਇਆ ਹੈਗਾ ਤਾਂ ਕਿ ਕੁਲੀਆਂ ਨੂੰ ਕੰਮ ਹੀ ਨਹੀਂ ਹੈਗਾ ਸਟੇਸ਼ਨ ਤੇ ਉੱਪਰ ਬਿਲਕੁਲ ਤੁਸੀਂ ਦੇਖਿਆ ਕਿ ਸਰਕਾਰ ਦੇ ਵੱਲੋਂ ਲੰਬੇ ਲੰਬੀਆਂ ਕਹਾਣੀਆਂ ਲੰਬੇ ਲੰਬੇ ਕਸੀਦੇ ਹਮੇਸ਼ਾ ਪੜੇ ਜਾਂਦੇ ਆ ਸਪੀਕਰਾਂ ਦੇ ਉੱਪਰ ਜਦ ਵੀ ਕੋਈ ਰੈਲੀ ਹੁੰਦੀ ਹੈਗੀ ਆ ਜਾਂ ਜਦੋਂ ਵੀ ਕਦੇ ਸਰਕਾਰ ਦੇ ਉੱਪਰ ਸਵਾਲ ਉੱਠਦੇ ਆ ਤਾਂ ਸਰਕਾਰ ਵੱਲੋਂ ਵੱਡੇ ਵੱਡੇ ਕਸੀਦੇ ਕੱਢੇ ਜਾਂਦੇ ਆ ਕਿ ਅਸੀਂ ਹਰ ਵਰਗ ਦਾ ਸੋਚਿਆ ਆ ਹਰ ਵਰਗ ਦੇ ਨਾਲ ਖੜੇ ਹੋਏ ਆ ਮੋਢੇ ਨਾਲ ਮੋਢਾ ਜੋੜ ਕੇ ਪਰ ਇੱਥੇ ਅਸੀਂ ਤੁਹਾਨੂੰ ਇੱਕ ਐਸੇ ਵਰਗ ਦੇ ਨਾਲ ਰੂਬਰੂ ਕਰਵਾਇਆ ਆ ਜੋ ਇੱਕ ਅਹਿਮ ਯੋਗਦਾਨ ਨਿਭਾਉਂਦਾ ਜਦੋਂ ਵੀ ਕੋਈ ਯਾਤਰੀ ਜਿਹੜਾ ਆ ਟ੍ਰੇਨ ਦੇ ਵਿੱਚ ਯਾਤਰਾ ਕਰਦਾ ਆ ਟ੍ਰੇਨ ਦੇ ਵਿੱਚ ਉਤਰਦਾ ਆ ਤਾਂ ਸਭ ਤੋਂ ਪਹਿਲਾਂ ਇਹ ਜੋ ਕੁਲੀ ਵੀਰ ਹੈਗੇ ਨੇ ਇਹ ਉਹਨਾਂ ਦਾ ਸਹਾਇਤਾ ਸਹਿਯੋਗ ਕਰਦੇ ਨੇ ਆਪਣਾ ਮੋਢਾ ਮੁੱਢ ਤੇ ਭਾਰਾ ਭਾਰ ਚੁੱਕਦੇ ਹੈਗੇ ਨੇ ਔਰ ਉੱਥੇ ਗਲਬਤ ਕਰਦੇ ਕੁਝ ਹੋਰ ਕਹਿਣਾ ਚਾਹੁੰਦੇ ਨੇ ਉਹਨਾਂ ਨਾਲ ਗਲਬਤ ਕਰਦੇ ਆ ਜੀ ਸਰ ਸਰ ਜਦੋਂ ਸਪੈਸ਼ਲ ਟ੍ਰੇਨਾਂ ਚਲਾਈਆਂ ਤੇ ਡੀਆਰਐਮ ਫਿਰੋਜ਼ਪੁਰ ਨੇ ਸਾਨੂੰ ਲੈਟਰ ਰਾਹੀਂ ਸੂਚਿਤ ਕੀਤਾ ਕਿ ਆਪ ਡਿਊਟੀ ਤੇ ਆਓ ਲੇਕਿਨ ਸਾਨੂੰ ਡਿਊਟੀ ਤੇ ਬੁਲਾਇਆ ਹੈਗਾ ਕਰੋਨਾ ਵਾਰੀਅਰ ਅੱਜ ਜੋ ਵੀ ਲੜ ਰਿਹਾ ਹੈ ਜਾਂ ਸਰਕਾਰੀ ਹੈ ਉਹਨੂੰ ਕਰੋਨਾ ਵਾਰੀਅਰ ਕਿਹਾ ਜਾਂਦਾ ਹੈ ਅਸੀਂ ਵੀ ਯਾਤਰੀ ਦਾ ਸਮਾਨ ਆਪਣੇ ਹੱਥਾਂ ਨਾਲ ਚੱਕਦੇ ਆਂ ਪਤਾ ਨਹੀਂ ਕਿਦਾਂ ਦਾ ਯਾਤਰੀ ਹੈ ਜਾਂ ਕਿਦਾਂ ਦੇ ਅਸੀਂ ਆਂ ਸਾਨੂੰ ਕੋਈ ਵੀ ਮੈਡੀਕਲ ਏਡ ਨਹੀਂ ਦਿੱਤੀ ਗਈ ਦਸਤਾਨੇ ਨਹੀਂ ਦਿੱਤੇ ਗਏ ਸੈਨੀਟਾਈਜ਼ਰ ਨਹੀਂ ਦਿੱਤਾ ਗਿਆ ਸਾਬਣ ਨਹੀਂ ਦਿੱਤਾ ਗਿਆ ਲੇਕਿਨ ਸਾਨੂੰ ਬੁਲਾਇਆ ਗਿਆ ਅਗਰ ਸਾਨੂੰ ਕੁਝ ਹੋ ਜਾਂਦਾ ਹੈਗਾ ਤੇ ਸਾਡਾ ਸਾਨੂੰ ਕਿੱਥੇ ਜਾ ਕੇ ਸਾਨੂੰ ਮੈਡੀਕਲ ਸਹੂਲਤ ਮਿਲੇਗੀ ਬਿਲਕੁਲ ਇਹ ਵੱਡਾ ਸਵਾਲੀਆ ਨਿਸ਼ਾਨ ਹੈਗਾ ਜਿੱਥੇ ਉਹਨਾਂ ਨੇ ਆਪਣੀ ਇੱਕ ਅਪੀਲ ਦਾਇਰ ਕੀਤੀ ਸੀਗੀ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਆਪਣੀ ਅਪੀਲ ਦਾਇਰ ਕੀਤੀ ਕਿ ਸਾਨੂੰ ਜਿਹੜਾ ਆਰਥਿਕ ਪੈਕੇਜ ਦਿੱਤਾ ਜਾਵੇ ਮਦਦ ਕੀਤਾ ਜਾਵੇ ਉਸ ਸਮੇਂ ਮਦਦ ਤਾਂ ਨਹੀਂ ਕੀਤੀ ਗਈ ਪਰ ਉਲਟਾ ਜਨੂੰਨ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ ਤਾਂ ਉਸ ਸਮੇਂ ਵੀ ਉਹਨਾਂ ਦੀ ਕੋਈ ਸਿਹਤ ਦਾ ਜਿਹੜਾ ਧਿਆਨ ਨਹੀਂ ਦੇ ਰੱਖਿਆ ਗਿਆ ਹਾਲਾਂਕਿ ਬਾਰ ਬਾਰ ਕਿਹਾ ਜਾ ਰਿਹਾ ਸੀ ਕਿ ਸੈਨੀਟਾਈਜੇਸ਼ਨ ਕੀਤੀ ਜਾ ਰਹੀ ਹੈਗੀ ਆ ਪਰ ਇਹਨਾਂ ਨੇ ਦੱਸਿਆ ਹੈਗਾ ਕਿ ਕੁਝ ਵੀ ਸਹਾਇਤਾ ਜਿਹੜੀ ਮਾਲੀ ਸਹਾਇਤਾ ਤਾਂ ਕੀ ਮਿਲਣੀ ਹੈਗੀ ਪਰ ਸਿਹਤ ਪੱਖੋਂ ਵੀ ਉਹਨਾਂ ਨੂੰ ਜਿਹੜੀ ਕੋਈ ਸਹਾਇਤਾ ਜਿਹੜੀ ਸਰਕਾਰ ਵੱਲੋਂ ਨਹੀਂ ਸਾਬਤ ਕੀਤੀ ਗਈ ਸੋ ਇੱਥੇ ਜਿਹੜਾ ਸਰਕਾਰ ਦੀ ਇੱਕ ਵੱਡੀ ناکامی ਸਾਹਮਣੇ ਆਉਂਦੀ ਆ ਸੋ ਇਥੇ ਸਰਕਾਰ ਦੇ ਅੱਗੇ ਇਹ ਜ਼ਰੂਰ ਗੁਜ਼ਾਰਿਸ਼ ਹੈਗੀ ਆ ਕਿ ਜ਼ਰੂਰ ਇਹਨਾਂ ਦੇ ਬਾਰੇ ਵੀ ਜਿਹੜਾ ਹੈ ਸੋਚਣਾ ਜ਼ਰੂਰੀ ਹੈਗਾ ਕਿਉਂਕਿ ਜੇਕਰ ਹਰ ਵਰਗ ਜਿਸ ਤਰੀਕੇ ਨਾਲ ਹਰ ਇਨਸਾਨ ਹਰ ਵਰਗ ਦੇਸ਼ ਦਾ ਜ਼ਰੂਰੀ ਹੈਗਾ ਉਸੇ ਤਰ੍ਹਾਂ ਇਹ ਵੀ ਵਰਗ ਜਿਹੜਾ ਹੈਗਾ ਆ ਉਹ ਰੇਲਵੇ ਸਫ਼ਰ ਦੇ ਵਿੱਚ ਖਾਸ ਕਰਕੇ ਜੇਕਰ ਗੱਲ ਕਰੀ ਤਾਂ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਆ ਇੱਕ ਅਹਿਮ ਯੋਗਦਾਨ ਜਿਹੜਾ ਆ ਉਹ ਦਿੰਦਾ ਹੈਗਾ ਆ ਆਪਣੇ ਸਹਿਯੋਗੀ ਆਈਸ਼ ਗੁਪਤਾ ਦੇ ਨਾਲ ਜਗਜੀਤ ਸਿੰਘ ਜਲੰਧਰ ਸਿਟੀ ਰੇਲਵੇ ਸਟੇਸ਼ਨ